ਦੇਖੋ ਆ ਕਿੰਨੂ ਦਾ ਬਾਗ ਹੈ ਤੇ ਇਹਨੂੰ ਐਤ ਕੀ ਕੋਈ ਪੁੱਛਦਾ ਨਹੀਂ ਕਿਸਾਨਾਂ ਦੇ ਕਿੰਨੇ ਮਾੜੇ ਹਾਲ ਹੈ ਤੇ ਰਾਖੀ ਵੀ ਇਹਦੀ ਕਰਨੀ ਪੈ ਰਹੀ ਹੈ ਹੁਣ ਤੇ ਟਾਈਮ ਵੀ ਇਹਦਾ ਟੱਪ ਚੁੱਕਿਆ ਹੈ ਜਿਹੜਾ ਤੋੜਨ ਦਾ ਇਸ ਤੋਂ ਬਾਅਦ ਤਾਂ ਬਾਗ ਖਰਾਬ ਹੋਏਗਾ ਬੂਟੇ ਖਰਾਬ ਹੋ ਜਾਣਗੇ ਜੇ ਕਰੇ ਨਾ ਵੀ ਗਿਆ ਤਾਂ ਦੇਖੋ ਕਿੰਨਾ ਸੋਹਣਾ ਫਲ ਹੈ ਤੇ ਉਧਰ ਤੁਹਾਨੂੰ ਦਿਖਾਉਣੀ ਹੈ ਵੀ ਇਹਨੂੰ ਰਾਖੀ ਆਸਤੇ ਆਪਾਂ ਨੂੰ ਪਟਾਕੇ ਵੀ ਚਲਾਉਣੇ ਪੈਂਦੇ ਆ ਤਾਂ ਇਹ ਵੀ ਜ਼ਰੂਰੀ ਹੈ ਹੁਣ ਕੀ ਕਰੀਏ ਇਸ ਬਾਰੇ ਤੁਸੀਂ ਆਪਣੀ رائے ਦਿਓ ਕੀ ਕੀਤਾ ਜਾ ਸਕਦਾ ਵੀਰੋ ਇਹ ਕਿੰਨੂ ਦੇ ਬਾਗ ਦਾ ਬਹੁਤ ਮਾੜੇ ਹਾਲ ਹੈ ਤੇ ਸਭ ਤੋਂ ਵਧੀਆ ਫਰੂਟ ਹੈ ਪੰਜਾਬ ਦਾ ਜੇਕਰ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਪਣਾ ਆਪ ਦੇ ਫਰੂਟ ਹੈ ਚੰਗੇ ਹੈ ਵਿਟਾਮਿਨ ਸੀ ਨਾਲ ਭਰਪੂਰ ਹੈ ਫਾਈਬਰ ਦਾ ਚੰਗਾ ਸਰੋਤ ਹੈ ਪਿੱਛੇ ਜੇ ਤਾਂ ਇਸ ਦੀ ਇਹਦੀ ਪ੍ਰੋਸੈਸਿੰਗ ਵਾਸਤੇ ਵੀ ਪਲਾਂਟ ਲੱਗੇ ਹੈ ਲੇਕਿਨ ਡਿਮਾਂਡ ਨਹੀਂ ਹੈ ਔਰ ਭਾਰਤ ਦੇ ਵਿੱਚ ਸਿਰਫ ਦੋ ਇਲਾਕਿਆਂ 'ਚ ਹੀ ਕਿੰਨੂ ਹੁੰਦਾ ਹੈ ਪੰਜਾਬ 'ਚ ਪੰਜਾਬ ਦੇ ਹਬੌਰ ਤੇ ਹੁਸ਼ਿਆਰਪੁਰ 'ਚ ਹੋਰ ਕਿਤੇ ਕਿੰਨੂ ਦੀ ਫਸਲ ਨਹੀਂ ਹੁੰਦੀ ਔਰ ਸਭ ਤੋਂ ਚੰਗਾ ਫਰੂਟ ਹੈ ਫਿਰ ਵੀ ਇਹਦੀ ਡਿਮਾਂਡ ਹੈ ਨਹੀਂ ਲੇਕਿਨ ਇੰਪੋਰਟਡ ਫਰੂਟ ਆਪਾਂ ਦੇਖਦੇ ਆਂ ਵਿਆਹਾਂ ਸ਼ਾਦੀਆਂ 'ਚ ਵੀ ਇੰਪੋਰਟਡ ਫਰੂਟ ਜੂਸ ਕੀਤਾ ਜਾਂਦਾ ਹੈ ਤੇ ਇੰਪੋਰਟਡ ਫਰੂਟ ਆਪਾਂ ਨੂੰ ਦੁਕਾਨਾਂ ਤੇ ਪਿਆ ਵੀ ਮਿਲ ਜਾਂਦਾ ਹੈ ਆਪਾਂ ਮਹਿੰਗਾ ਫਰੂਟ ਲੈ ਰਹੇ ਆ ਮੇਰੀ ਤਾਂ ਇਸ ਵੀਡੀਓ ਰਾਈ ਗੁਜਾਰਿਸ਼ ਹੈ ਵੀ ਇਹ ਜਿਹੜਾ ਆਪਣਾ ਫਰੂਟ ਹੈ ਇਹਨੂੰ ਤੁਸੀਂ ਖਰੀਦੋ ਇਹਦੇ ਫਾਇਦੇ ਉਠਾਓ ਇਹ ਬਹੁਤ ਚੰਗਾ ਫਰੂਟ ਹੈ ਤੇ ਸਾਡਾ ਜਿਹੜਾ ਕਿਸਾਨੀ ਦਾ ਵੀ ਫਾਇਦਾ ਇਹਦੇ ਵਿੱਚ ਹੋਵੇ ਜੇਕਰ ਤੁਸੀਂ ਇਹ ਦੇਖੋ ਆ ਕਿਵੇਂ ਇਹਦੀ ਕੇਅਰ ਤੁਹਾਨੂੰ ਮੈਂ ਦਿਖਾਉਣਾ ਇਧਰ ਦੇਖੋ ਕਿਵੇਂ ਇਹ ਥੱਲੇ ਇਹਦਾ ਖਰਾਬ ਹੋ ਰਿਹਾ ਸਾਰਾ ਚੰਗਾ ਫਰੂਟ ਡਿੱਗਦੇ ਆ ਕੇ ਖਰਾਬ ਹੋ ਜਾਂਦਾ ਇਹ ਦੇਖੋ ਆ ਕੁਛ ਅਸੀਂ ਚੁੱਕ ਕੇ ਇਧਰ ਲਾ ਰੱਖੀ ਐ ਇਹ ਥੱਲੇ ਡਰਾਪਿੰਗ ਸ਼ੁਰੂ ਹੋ ਗਈ ਕਿਉਂਕਿ ਇਹਦਾ ਸੀਜ਼ਨ ਹੈ ਨਵੰਬਰ ਦਸੰਬਰ ਤੇ ਜਨਵਰੀ ਹਾਰਡਲੀ ਫਰਵਰੀ ਦੇ ਵਿੱਚ ਤਾਂ ਇਹ ਬਾਗ ਦਾ ਬਹੁਤ ਨੁਕਸਾਨ ਹੋ ਜਾਊ ਅਗਲੀ ਫਰੂਟਿੰਗ ਤੇ ਬਹੁਤ ਅਸਰ ਪੈਣਾ ਇਹਦਾ ਜੇਕਰ ਇਹ ਸਹੀ ਇਹਦੀ ਹੁਣ ਤੜਾਈ ਨਾ ਹੋਈ ਤਾਂ ਲੇਕਿਨ ਮਾਰਕੀਟ ਦੇ ਵਿੱਚ 2000 3 4 5 6 7 ਜਿਹੜੇ ਸਾਲ ਸੀ ਉਹਨਾਂ ਦੇ ਵਿੱਚ ਵੀ 10 ਰੁਪਏ ਕਿਲੋ ਚੱਲ ਰਿਹਾ ਸੀ ਤੇ ਅੱਜ 2024 ਹੈ ਤੇ ਅੱਜ ਵੀ ਇਹਦਾ ਭਾਅ ਮਾਰਕੀਟ ਦੇ ਵਿੱਚ 7 ਤੋਂ ਲੈ ਕੇ 14 ਰੁਪਏ ਹੀ ਚੱਲ ਰਿਹਾ ਹੈ। ਤਾਂ ਤੁਸੀਂ ਆਪ ਸੋਚੋ ਵੀ ਇਹਦੇ ਨਾਲ ਕੀ ਡਾਇਵਰਸੀਫਿਕੇਸ਼ਨ ਹੋ ਸਕਦੀ ਹੈ ਆਪਣੀ ਫਾਰਮਿੰਗ ਕਮਿਊਨਿਟੀ ਦੀ ਫਸਲਾਂ 'ਚ ਤੇ ਪਟਾਕੇ ਤੇ ਰਾਖੀ ਦਾ ਖਰਚਾ ਉਹ ਅਸੀਂ ਅਡ ਕਰਦੇ ਹਾਂ।